ਲੌਕਡਾਊਨ ਦੇ ਚਲਦਿਆਂ ਹੋਇਆ ਪੰਜਾਬ ਸਰਕਾਰ ਨੇ ਇੱਕ ਮੋਬਾਈਲ ਐਪ ਕੱਢੀ ਹੈ ਜਿਸ ਵਿੱਚ ਅਸੀਂ ਮੌਜੂਦਾ ਪੰਜਾਬ ਦੇ ਕੋਰੋਨਾ ਮਰੀਜ਼ਾਂ ਦੀ ਸਥਿਤੀ ਜਾਣ ਸਕਦੇ ਹਾਂ। ਦੂਜਾ, ਇਸ ਦੇ ਵਿੱਚ ਅਸੀਂ ਆਨਲਾਈਨ ਕਰਫਿਊ ਪਾਸ ਲਈ ਬੇਨਤੀ ਕਰ ਸਕਦੇ ਹਾਂ। ਤੀਜਾ, ਜੇ ਸਾਨੂੰ ਰਾਸ਼ਨ ਜਾਂ ਹੋਰ ਕੋਈ ਜ਼ਰੂਰੀ ਵਸਤੂ ਦੀ ਲੋੜ ਹੈ ਉਸ ਲਈ ਅਸੀਂ ਬੇਨਤੀ ਕਰ ਸਕਦੇ ਹਾਂ। ਨਾਲ ਹੀ ਅਸੀਂ ਇਸ ਐਪ ਦੇ ਜ਼ਰੀਏ ਤੁਹਾਡੇ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਕੋਈ ਇਕੱਠ ਹੁੰਦਾ ਵਾ ਉਸ ਦੇ ਬਾਰੇ ਵੀ ਅਸੀਂ ਰਿਪੋਰਟ ਦੇ ਸਕਦੇ ਹਾਂ। ਤੇ ਨਾਲ ਹੀ ਇਸ ਦੇ ਵਿੱਚ ਅਸੀਂ ਡਾਕਟਰੀ ਸਹਾਇਤਾ ਨੰਬਰ ਤੇ ਹੋਰ ਵੀ ਮਤਲਬ ਕਿ ਕੋਰੋਨਾ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ। ਇਹ ਐਪ ਕੀ ਹੈ ਤੇ ਕਿੱਥੋਂ ਡਾਊਨਲੋਡ ਕਰਨੀ ਹੈ, ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਇਸ ਦੇ ਬਾਰੇ ਦੱਸਾਂਗੇ। ਚਲੋ ਵੀਡੀਓ ਸ਼ੁਰੂ ਕਰਦੇ ਹਾਂ। ਸਤਿ ਸ੍ਰੀ ਅਕਾਲ ਦੋਸਤੋ, ਸ਼ੇਅਰ ਡੋਟ ਪੰਜਾਬੀ ਚੈਨਲ ਵਿੱਚ ਤੁਹਾਡਾ ਸਵਾਗਤ ਹੈ। ਲੌਕਡਾਊਨ ਦੇ ਚਲਦਿਆਂ ਹੋਇਆਂ ਪੰਜਾਬ ਸਰਕਾਰ ਨੇ ਇੱਕ ਐਪ ਕੱਢੀ ਹੈ, ਉਸ ਨੂੰ ਅਸੀਂ ਕਿੱਥੋਂ ਡਾਊਨਲੋਡ ਕਰਨਾ ਹੈ ਤੇ ਉਹ ਕੀ ਹੈ, ਚਲੋ ਆਓ ਤੁਹਾਨੂੰ ਦੱਸਦੇ ਹਾਂ। ਸਭ ਤੋਂ ਪਹਿਲਾਂ ਆਪਣੇ ਮੋਬਾਈਲ ਦੇ ਪਲੇ ਸਟੋਰ ਤੇ ਚਲ ਜਾਓ, ਉਹਦੇ ਉੱਤੇ ਗੋਆ ਪੰਜਾਬ ਨਾਂ ਭਰੋ ਤੇ ਇਸ ਤਰ੍ਹਾਂ ਦੀ ਇੱਕ ਐਪ ਆ ਜਾਏਗੀ। ਇਸ ਨੂੰ ਅਸੀਂ ਇੰਸਟਾਲ ਕਰ ਲੈਣਾ ਹੈ। ਇੰਸਟਾਲ ਹੋਣ 'ਚ ਥੋੜਾ ਸਮਾਂ ਲੱਗੇਗਾ, ਇਹ ਕੁਛ ਕੁ MB ਦੀ ਇਹ ਐਪ ਆ। ਜਦੋਂ ਇੰਸਟਾਲ ਹੋ ਜਾਏਗੀ ਤਾਂ ਇਸ ਨੂੰ ਓਪਨ ਕਰੋ। ਓਪਨ ਕਰਨ ਤੋਂ ਬਾਅਦ ਅਲੋ ਲਈ ਕਿਹਾ ਜਾਊਗਾ, ਮਤਲਬ ਕਿ ਆਗਿਆ ਦੇਣੀ ਪਏਗੀ ਤੁਹਾਨੂੰ, ਇਸ ਲਈ ਅਲੋ ਕਰ ਲਿਓ। ਫਿਰ ਤੁਸੀਂ ਭਾਸ਼ਾ ਚੁਣਨੀ ਹੈ, ਥੱਲੇ ਕਰਕੇ ਇਸ ਨੂੰ ਹੀ ਭਾਸ਼ਾ ਚੁਣ ਸਕਦੇ ਤੇ ਕੰਟੀਨਿਊ ਤੇ ਕਲਿੱਕ ਕਰ ਲਓ। ਫਿਰ ਆ ਦੇਖੋ ਇੱਥੇ ਸਾਈਨ ਅਪ ਦਾ ਆ ਰਿਹਾ ਵਾ, ਇੱਥੇ ਕਲਿੱਕ ਕਰਨਾ ਹੈ। ਫਿਰ ਆਪਣਾ ਪੂਰਾ ਨਾਮ ਭਰਨਾ ਹੈ, ਫਿਰ ਮੋਬਾਈਲ ਨੰਬਰ ਦੇਣਾ ਹੈ, ਫਿਰ ਸਾਈਨ ਅਪ ਕਰ ਦੇਣਾ ਹੈ। ਜਦੋਂ ਤੁਸੀਂ ਸਾਈਨ ਅਪ ਕਰੋਗੇ ਤਾਂ ਤੁਹਾਡੇ ਮੋਬਾਈਲ ਨੰਬਰ ਤੇ ਜਿਹੜਾ ਤੁਸੀਂ ਦਿੱਤਾ ਹੋਊਗਾ ਉਹਦੇ ਉੱਤੇ OTP ਆਵੇਗਾ, ਉਹ OTP ਭਰ ਕੇ ਤਸਦੀਕ ਕਰ ਦੇਣਾ ਹੈ। ਫਿਰ ਆ ਦੇਖੋ ਜਦੋਂ ਤੁਸੀਂ OTP ਭਰ ਦੋਗੇ ਤਾਂ ਆ ਪੰਜਾਬ ਦੀ ਕੋਆ ਪੰਜਾਬ ਦੀ ਐਪ ਖੁੱਲ ਜਾਏਗੀ। ਆ ਦੇਖੋ ਉੱਪਰ ਤੁਹਾਨੂੰ ਪੰਜਾਬ ਦੇ ਹੁਣ ਦੇ ਸਮੇਂ ਦੇ ਜੋ ਵੀ ਕੋਰੋਨਾ ਦੇ ਮਰੀਜ਼ ਨੇ ਜਾਂ ਸਹੀ ਹੋਏ ਨੇ ਉਹਦੀ ਰਿਪੋਰਟ ਤੁਹਾਨੂੰ ਇੱਥੇ ਦਿੱਤੀ ਜਾਵੇਗੀ। ਥੱਲੇ ਆ ਦੇਖੋ ਕੋਰੋਨਾ ਦੇ ਲੱਛਣਾਂ ਦੀ ਤੁਸੀਂ ਆਪ ਵੀ ਜਾਂਚ ਕਰ ਸਕਦੇ ਜੀ। ਇਹਦੇ ਵਿੱਚ ਜਦੋਂ ਤੁਸੀਂ ਕਲਿੱਕ ਕਰੋਗੇ ਤਾਂ ਤੁਹਾਡੇ ਕੋਲੋਂ ਕੁਝ ਸਵਾਲ ਪੁੱਛੇ ਜਾਣਗੇ ਤੇ ਉਹ ਸਵਾਲਾਂ ਦੇ ਆਨਸਰ ਦੇ ਕੇ ਤੁਸੀਂ ਉਸ ਨੂੰ ਸਬਮਿਟ ਕਰ ਦੇਣਾ ਹੈ। ਫਿਰ ਆ ਜਿਹੜੀਆਂ 3 ਲਾਈਨਾਂ ਆ ਰਹੀਆਂ ਨੇ ਇਹਨਾਂ ਦੇ ਉੱਤੇ ਕਲਿੱਕ ਕਰਨਾ ਹੈ ਤੇ ਆ ਦੇਖੋ ਥੱਲੇ ਦਾਨ ਬੜੇ, ਤੁਸੀਂ ਸਰਕਾਰ ਨੂੰ ਦਾਨ ਕਰ ਸਕਦੇ ਜੇ ਤੇ ਆ ਦੇਖੋ ਇੱਥੇ ਕਲਿੱਕ ਕਰੋਗੇ ਤਾਂ ਤੁਸੀਂ ਕਰਫਿਊ ਪਾਸ ਲਈ ਬੇਨਤੀ ਕਰ ਸਕਦੇ ਜੇ, ਮਤਲਬ ਕਿ ਕਰਫਿਊ ਦੇ ਵਿੱਚ ਪਾਸ ਬਣਾ ਸਕਦੇ ਜੇ ਤੁਸੀਂ ਕਿਤੇ ਜਾਣਾ ਹੋਵੇ ਜਾਂ ਕੁਝ ਵੀ, ਜੇ ਤੁਹਾਡੀ ਕਰਿਆਨੇ ਦੀ ਦੁਕਾਨ ਆ ਤਾਂ ਉਹਦੇ ਲਈ ਵੀ ਇੱਥੇ ਪਾਸ ਲਈ ਬੇਨਤੀ ਕਰ ਸਕਦੇ ਜੇ। ਫਿਰ ਆ ਵੇਖੋ ਥੱਲੇ ਜੇ ਮਤਲਬ ਕਿ ਤੁਹਾਨੂੰ ਡਾਕਟਰੀ ਸਹਾਇਤਾ ਚਾਹੀਦੀ ਆ ਤਾਂ ਤੁਸੀਂ ਆ ਦੇਖੋ ਡਾਕਟਰ ਨਾਲ ਜੁੜੋ ਤੇ ਕਲਿੱਕ ਕਰ ਸਕਦੇ ਜੀ, ਤੇ ਤੁਹਾਨੂੰ ਡਾਕਟਰ ਦਾ ਨੰਬਰ ਦਿੱਤਾ ਜਾਵੇਗਾ ਤੇ ਤੁਸੀਂ ਉੱਤੇ ਫੋਨ ਕਰ ਲੈਣਾ। ਫਿਰ ਜੇ ਤੁਹਾਨੂੰ ਰਾਸ਼ਨ ਜਾਂ ਜ਼ਰੂਰੀ ਵਸਤਾਂ ਚਾਹੀਦੀਆਂ ਨੇ ਤੇ ਉਹਦੇ ਲਈ ਵੀ ਤੁਸੀਂ ਇੱਥੇ ਬੇਨਤੀ ਕਰ ਸਕਦੇ ਜੀ। ਫਿਰ ਤੁਸੀਂ ਲਾਗੇ ਦੇ ਕੋਰੋਨਾ ਇਲਾਜ ਵਾਲੇ ਹਸਪਤਾਲ ਦੀ ਜਾਣਕਾਰੀ ਵੀ ਇੱਥੋਂ ਪ੍ਰਾਪਤ ਕਰ ਸਕਦੇ ਜੀ। ਫਿਰ ਅੱਗੇ ਆ ਦੇਖੋ ਹੋਰ ਵੀ ਫੰਕਸ਼ਨ ਆ ਰਹੇ, ਜਿਵੇਂ ਆ ਵੇਖੋ ਜਨਤਕ ਇਕੱਠ ਬਾਰੇ, ਜੇ ਕੋਈ ਤੁਹਾਡੇ ਲਾਗੇ ਛਾਗੇ ਇਕੱਠ ਹੋਇਆ ਵਾ ਉਹਦੇ ਬਾਰੇ ਤੁਸੀਂ ਰਿਪੋਰਟ ਦੇ ਸਕਦੇ ਜੀ, ਤੇ ਹੋਰ ਵੀ ਕਾਫੀ ਕੁਛ ਜਾਣਕਾਰੀਆਂ ਤੁਹਾਨੂੰ ਕਰਫਿਊ ਦੇ ਬਾਰੇ ਦਿੱਤੀਆਂ ਜਾਣਗੀਆਂ ਇਸ ਪੰਜਾਬ ਸਰਕਾਰ ਵੱਲੋਂ। ਸੋ ਇੰਨੇ ਕੁ ਕੰਮ ਸੀ, ਇੱਕ ਐਪ ਕੱਢੀ ਸੀ, ਤੁਸੀਂ ਆਪਣੇ ਫੋਨ 'ਚ ਇਹਨੂੰ ਡਾਊਨਲੋਡ ਕਰ ਸਕਦੇ ਜੇ, ਅਤੇ ਬਹੁਤ ਵਧੀਆ ਐਪ ਆ, ਕਰਫਿਊ ਦੇ ਵਿੱਚ ਤੁਹਾਡੀ ਬਹੁਤ ਹੈਲਪ ਕਰੂਗੀ ਇਹ ਐਪ। ਜੇ ਇਹ ਵੀਡੀਓ ਵਧੀਆ ਲੱਗੀ ਆ ਤਾਂ ਲਾਈਕ ਕਰ ਦਿਓ, ਸ਼ੇਅਰ ਕਰ ਦਿਓ ਅਤੇ ਕਮੈਂਟ ਦੇ ਜ਼ਰੀਏ ਦੱਸਿਓ ਇਹ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਆ। ਧੰਨਵਾਦ।